ਤੁਹਾਨੂੰ ਜੋ ਵੀ ਦਿੱਕਤਾਂ ਆ ਰਹੀਆਂ ਜੋ ਪਰੇਸ਼ਾਨੀਆਂ ਆ ਰਹੀਆਂ ਉਹ ਕਿਰਪਾ ਕਰਕੇ ਤੁਸੀਂ ਦੱਸੋ ਨਾਥ ਆਸ਼ਰਮ ਜਾ ਦੋ ਸਾਰੀਆਂ ਗੱਲਾਂ ਪੱਕੀ ਰੋਟੀ ਲੈ ਜਾ ਕੇ ਤੁਸੀਂ ਕੱਪੜਾ ਤੋਂ ਇੱਥੇ ਤੁਹਾਡਾ ਆਪਣਾ ਘਰ ਹੈਗਾ ਨਾ ਘਰ ਨੂੰ ਅੱਗ ਲਾਵਣ ਸਾਰਾ ਇਕੱਠਾ ਤੇ ਮਾਤਾ ਜੀ ਦੀ ਤੱਠਿਆ ਪਿਆ ਨਾ ਤੁਹਾਡੀ ਲੜਕੀ ਸ਼ਦੇ ਆਣਾ ਉਹ ਕਿੱਥੇ ਜਾਈ ਗਈ ਉਹਦੇ ਕਰਕੇ ਤੇ ਮੈਂ ਚੁੱਪ ਕੀਤੀ ਰਾਜੇ ਪਾ ਹਾਂ ਤੱਠਿਆ ਪਿਆ ਨਾ ਹਾਂ ਛੱਤ ਤਾਂ ਗਿਰੀ ਆ ਛੱਤ ਚਾਹੀਦੀ ਤੇ ਪਿੰਡ 'ਚ ਕੋਈ ਮਦਦ ਨਹੀਂ ਕਰਦਾ ਤੁਹਾਡੀ ਨਹੀਂ ਇੱਕੋ ਕਮਰੇ 'ਚ ਪਾ ਲਓ ਨਾ ਰਸੋਈ 'ਚ ਪਾਓ ਨਾ ਨਿੱਕੇ ਕਮਰੇ 'ਚ ਨਹੀਂ ਨਹੀਂ ਤੁਹਾਡੀ ਪਿੰਡ 'ਚ ਕਿਸੇ ਨੇ ਮਦਦ ਨਹੀਂ ਕੀਤੀ ਨਹੀਂ ਕੀਤੀ ਸਰਪੰਚ ਨੇ ਕੋਈ ਗ੍ਰਾਂਟ ਗਰੂੰਟ ਕੋਈ ਨਹੀਂ ਦਵਾਈ ਮੈਂ ਕਹੂੰਗੀ ਮੈਨੂੰ ਕਿਸੇ ਦੇ ਮਦਦ ਨਹੀਂ ਜੇ ਦਿੱਤੀ ਨਵੇਂ ਚਾਹੀਦੀ ਤੇ ਨਾ ਮੇਰੀ ਸ਼ਾਇਦ ਆ ਕੀਤੀ ਧੀ ਤੁਹਾਡੀ ਥੋੜੀ ਸਿੱਧੀ ਆ ਸਿਧਾ ਦੇ ਨੇ ਪਾ ਗਏ ਆ ਉਹੀ ਮਾਰਦੀ ਆ ਬੜਾ ਮੈਂ ਇੱਕ ਸਿਧਤਾ ਮਾਰੀਆਂ ਖੋਣੇ ਉਹ ਸੋਚ ਪਈ ਅੰਦਰ ਤੇ ਮਤਾ ਹੁਣ ਤੁਸੀਂ ਇੱਥੇ ਜੰਜ ਘਰ ਰਹਿ ਰਹੇ ਹੋ ਇੱਥੇ ਨਹੀਂ ਪੁੱਤ ਕੋਈ ਨਹੀਂ ਹੈਗਾ ਪੁੱਤ ਕੋਈ ਨਹੀਂ ਤੇ ਕੋਈ ਰੋਟੀ ਪਾਣੀ ਕੋਈ ਨਹੀਂ ਪੁੱਛਦਾ ਤੁਹਾਨੂੰ ਨਾ ਕੋਈ ਨਹੀਂ ਪੁੱਛਦਾ ਮੈਂ ਪਿੰਡ 'ਚ ਕੋਈ ਵੀ ਨਹੀਂ ਨਾ ਮੇਰਾ ਕੋਈ ਨਹੀਂ ਮੈਨੂੰ ਨਾ ਨਾ ਥਾਂ ਸਿਰ ਪੁੱਛਦਾ ਹੁਣੇ ਹੀ ਮਾਤਾ ਜੀ ਹੱਥ ਨਾ ਜੋੜੋ ਅਸੀਂ ਬੱਚੇ ਵਰਗੇ ਆ ਤੁਹਾਡੇ ਸਾਡੇ ਕੋਲ ਚਲੋ ਅਸੀਂ ਕੁਛ ਕਰਾਂਗੇ ਕੋਈ ਕੁਛ ਪੁੱਛਦਾ ਮੈਂ ਕਿਹਾ ਮੈਨੂੰ ਤੂੰ ਨਾ ਥਾਂ ਸਿਰ ਪੁੱਛਦਾ ਕੋਈ ਵੀ ਬਣ ਜੂ ਕੋਈ ਆਪਾਂ ਆਵਾਜ਼ ਪਹੁੰਚਾਵਾਂਗੇ ਤੁਹਾਡੀ ਕੋਈ ਹੱਲ ਕਰਾਂਗੇ ਜਿੱਦਾਂ ਕਿ ਤੁਸੀਂ ਸਾਰਿਆਂ ਨੇ ਵੇਖ ਲਿਆ ਵਾ ਅਸੀਂ ਹਰਦਾਨ ਪਿੰਡ ਆਏ ਰਹੇ ਆ ਮਾਤਾ ਜੀ ਕੋਲ ਮਾਤਾ ਜੀ ਆਪਣਾ ਨਾਮ ਬੋਲਿਓ ਰਾਜ ਰਾਣੀ ਮਾਤਾ ਜੀ ਦਾ ਨਾਂ ਜੇ ਇਹ ਹਰਦਾਨ ਪਿੰਡ ਦੇ ਜੰਜ ਘਰ ਤੇ ਰਹਿ ਰਹੇ ਇਹਨਾਂ ਦਾ ਘਰ ਵਾਲਾ ਨਹੀਂ ਹੈਗਾ ਕੁੜੀ ਦੀ ਪਾਗਲ ਆ ਤੇ ਘਰ ਹੈਗਾ ਇਹਨਾਂ ਦਾ ਪਰ ਘਰ ਦੀ ਛੱਤ ਢੱਠੀ ਦੀ ਆ ਮਾਤਾ ਜੀ ਮੈਂ ਦੱਸਣ ਦਿਆਂ ਘਰ ਦੀ ਛੱਤ ਢੱਠੀ ਦੀ ਆ ਤੇ ਕੋਈ ਇਹਨਾਂ ਕੋਲ ਕਮਾਈ ਦਾ ਸਾਧਨ ਨਹੀਂ ਆ ਪਿੰਡ ਦੇ ਵਿੱਚ ਕੋਈ ਇਹਨਾਂ ਦੀ ਮਦਦ ਨਹੀਂ ਕਰ ਰਿਹਾ ਨਾ ਸਰਪੰਚ ਨਾ ਕੋਈ ਹੋਰ ਮੋਤਵਾਰ ਬੰਦਾ ਖਾਣ ਨੂੰ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਇਹਨਾਂ ਨੂੰ ਪੀਣ ਨੂੰ ਕੋਈ ਨਹੀਂ ਪੁੱਛਦਾ ਬਿਮਾਰ ਹੈ ਬੜੇ ਦਿਨਾਂ ਦੇ ਕਿਸੇ ਨੇ ਇਲਾਜ ਨਹੀਂ ਕਰਾਇਆ ਅਸੀਂ ਡਾਕਟਰ ਨੂੰ ਬੁਲਾ ਕੇ ਇਹਨਾਂ ਦਾ ਇਲਾਜ ਕਰਾ ਰਹੇ ਹਾਂ ਮੈਂ ਬੇਨਤੀ ਕਰਦਾ ਤੁਹਾਡੇ ਸਾਰੇ ਅੱਗੇ ਜਿਹੜੇ ਵੀ ਦੇਖ ਰਹੇ ਨੇ ਜਿਹੜੇ ਇਸ ਚੀਜ਼ ਨੂੰ ਸੁਣਨਗੇ ਸਮਝਣਗੇ ਉਹ ਕਿਰਪਾ ਕਰਕੇ ਅੱਗੇ ਆ ਕੇ ਮਾਤਾ ਜੀ ਦੀ ਮਦਦ ਕਰਨ ਕੋਈ ਵੀ ਮੋਤਵਾਰ ਬੰਦਾ ਸ਼ਹਿਰ ਦਾ ਪਿੰਡ ਦਾ ਉਹ ਅੱਗੇ ਆਵੇ ਇਹਨਾਂ ਦੀ ਮਦਦ ਕਰੇ ਇਹਨਾਂ ਦਾ ਕੋਈ ਹੱਲ ਕਰੇ ਧੰਨਵਾਦ।